ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜਨਰਲ ਪੰਜਾਬ ਵੈਦਰ ਤੇ ਤੁਹਾਡਾ ਸਭ ਦਾ ਸਵਾਗਤ ਹੈ ਸੋ ਅੱਜ ਗੱਲ ਕਰਦੇ ਆ 2 ਜੁਲਾਈ ਆਪਾਂ ਰਾਤ ਦੇ ਮੌਸਮ ਦੀ ਕਿ ਅੱਜ ਦੇਰ ਸ਼ਾਮ ਤੋਂ ਲੈ ਕੇ ਪੂਰੀ ਰਾਤ ਕੱਲ ਸਵੇਰ ਤੱਕ ਪੰਜਾਬ ਮੌਸਮ ਕਿਵੇਂ ਅੰਦਰ ਰਹੇਗਾ ਕਿਹੜੇ ਇਲਾਕਿਆਂ ਵਿੱਚ ਮੀਂਹ ਪੈਣ ਦੇ आसार ਹੋਣਗੇ ਕਿਉਂਕਿ ਪੰਜਾਬ ਦਾ ਮੌਸਮ ਹੁਣ ਥੋੜੀ ਬਹੁਤ ਜਿਹੜੀ ਕਰਵਟ ਲੈਣੀ ਸ਼ੁਰੂ ਹੋ ਗਿਆ ਹੈ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ ਸੋ ਜਿਵੇਂ ਕਿ ਆਪਾਂ ਪਹਿਲਾਂ ਵੀ ਦੱਸਿਆ ਕਿ 2 ਜੁਲਾਈ ਸ਼ਾਮ ਤੋਂ ਪੰਜਾਬ ਦਾ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ ਤੇ ਆਉਣ ਵਾਲੇ ਕੁਝ ਦਿਨਾਂ ਤੱਕ 2 ਜਾਂ 3 ਦਿਨਾਂ ਤੱਕ ਮੌਸਮ ਵਿੱਚ ਹਲਚਲ ਆ ਪਉਣ ਦੇਖਣ ਤੇ ਹੁਣ ਗੱਲ ਕਰਦੇ ਆਂ ਅੱਜ ਰਾਤ ਦੇ ਮੌਸਮ ਦੀ ਅੱਜ ਰਾਤ ਦਾ ਮੌਸਮ ਪੰਜਾਬ ਦਾ ਜਿਹੜਾ ਲਗਭਗ 9-10 ਵਜੇ ਦੇ ਕਰੀਬ ਤੋਂ ਥੋੜਾ ਜਿਹਾ ਬਦਲਾਅ ਆਉਂਦਾ ਦਿਖਾਈ ਦੇਵੇਗਾ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਦੇ ਜਿਹੜੇ ਪੱਛਮੀ ਸਰਹੱਦੀ ਖੇਤਰ ਹੋਣਗੇ ਉਹ ਸਭ ਤੋਂ ਪਹਿਲਾਂ ਪ੍ਰਭਾਵਿਤ ਹੋਣਗੇ ਇਹਨਾਂ ਇਲਾਕਿਆਂ ਵਿੱਚ 9 ਵਜੇ ਦੇ ਆਸ-ਪਾਸ ਤੋਂ ਬੱਦਲਬਾਈ ਵਾੜਨੀ ਸ਼ੁਰੂ ਹੋ ਜਾਵੇਗੀ ਤੇ ਜਿਸ ਦੇ ਵਿੱਚ ਇਲਾਕਿਆਂ ਦੀ ਗੱਲ ਕਰੀ ਤਾਂ ਅਮਰਤਸਰ ਤੋਂ ਲੈ ਕੇ ਤਰਨਤਨ ਸਾਹਿਬ ਫਿਰੋਜ਼ਪੁਰ ਕੁਝ ਭਾਗ ਫਾਜ਼ਿਲਕਾ ਦੇ ਤੇ ਕੁਝ ਭਾਗ ਹੋਣਗੇ ਗੁਰਦਾਸਪੁਰ ਦੇ ਇਨ ਇਲਾਕਿਆਂ ਦੇ ਵਿੱਚ ਬੱਦਲ ਵਈਏ 9-10 ਵਜੇ ਦੇ ਆਸ-ਪਾਸ ਵਰਣੀ ਸ਼ੁਰੂ ਹੋ ਜਾਵੇਗੀ ਤੇ 10-11 ਵਜੇ ਤੋਂ ਹੀ ਲਗਭਗ ਬੱਦਲੀ ਗਰਚਮਕ ਨਾਲ ਤੇਜ਼ ਹਵਾਵਾਂ ਤੇ ਸ਼ਰਾਟੇ ਦਾ ਰਮੀ ਦੇਖਣ ਨੂੰ ਮਿਲੇਗਾ ਇੱਕ ਦੋ ਹਿੱਸਿਆਂ ਵਿੱਚ ਹੋ ਸਕਦਾ ਹੈ ਕਿ ਤੇਜ਼ ਭਾਰੀ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ ਤੇ ਇਹ ਬੱਦਲੀ ਸਿਸਟਮ ਜਿਹੜਾ ਪੱਛਮੀ ਪਾਸੇ ਤੋਂ ਪੂਰਬ ਦਿਸ਼ਾ ਵੱਲ ਨੂੰ ਅੱਗੇ ਵਧੇਗਾ ਤੇ ਜਿਸ ਤੋਂ ਬਾਅਦ ਕਪੂਰਥਲਾ ਤੋਂ ਲੈ ਕੇ ਜਲੰਧਰ ਮੋਗਾ ਫਰੀਦਕੋਟ ਤੇ ਕੁਝ ਪਾਕ ਮੁਕਤਸਰ ਸਾਹਿਬਾ ਤੇ ਬਠਿੰਡਾ ਦੇ ਸਿਵਾ ਬਰਨਾਲਾ ਲੁਧਿਆਣਾ ਤੇ ਹੁਸ਼ਿਆਰਪੁਰ ਹੋ ਗਿਆ ਗੁਰਦਾਸਪੁਰ ਤੇ ਪਠਾਨਕੋਟ ਦੇ ਸਾਰੇ ਇਲਾਕੇ ਕਵਰ ਹੋਣਗੇ ਇਹਨਾਂ ਇਲਾਕਿਆਂ ਦੇ ਵਿੱਚ ਬੱਦਲ ਵਾਈ ਸੰਘਣੇ ਰੂਪ ਵਿੱਚ ਬਣਦੇ ਆਸਾਰ ਨੇ ਤੇ ਨਾਲ ਹੀ ਇਹਨਾਂ ਇਲਾਕਿਆਂ ਦੇ ਕਈ ਭਾਗਾਂ ਦੇ ਵਿੱਚ ਮੀਂਹ ਦਾ ਹਲਕੇ ਤੋਂ ਲੈ ਕੇ ਦਰਮਿਆਨਾ ਦੇਖਣ ਨੂੰ ਮਿਲੇਗਾ ਕੋਈ ਇੱਕ ਦੋ ਭਾਗਾਂ ਵਿੱਚ ਹੋ ਸਕਦਾ ਹੈ ਕਿ ਦਰਮਿਆਨੇ ਤੋਂ ਜ਼ਿਆਦਾ ਮੀਂਹ ਵੀ ਪੈ ਸਕਦਾ ਹੈ ਹਾਲਾਂਕਿ ਜੋ ਮੀਂਹ ਹੈ ਪੈਚੀ ਰੂਪ ਵਿੱਚ ਰਹੇਗਾ ਮਤਲਬ ਇਹ ਜਿਹੜੇ ਆਪਾਂ ਜ਼ਿਲ੍ਹੇ ਦੱਸਨੇ ਮਤਲਬ ਨਹੀਂ ਕਿ ਜ਼ਿਲ੍ਹੇ ਦੇ 100% ਇਲਾਕਿਆਂ ਵਿੱਚ ਮੀਂਹ ਪਵੇਗਾ ਇਹਨਾਂ ਜ਼ਿਲ੍ਹਿਆਂ ਦੇ ਕਈ ਭਾਗਾਂ ਵਿੱਚ ਮੀਂਹ ਪਵੇਗਾ ਕਈ ਇਲਾਕੇ ਖੁਸ਼ਕ ਵੀ ਰਹਿਣਗੇ ਜਾਂ ਫਿਰ ਹਲਕੀ ਬੂੰ ਤੇ ਇਸ ਦੇ ਨਾਲ ਹੀ ਤੇਜ਼ ਹਵਾਵਾਂ ਮਹਨੇਰੀ ਵੀ ਇਨ੍ਹਾਂ ਜ਼ਿਲ੍ਹੇ ਦੇ ਕਈ ਭਾਗਾਂ ਦੇ ਵਿੱਚ ਵਗਣ ਦੇ ਜਿਹੜੇ ਅਸਾਰ ਨੇ ਉਹ ਵੀ ਬਣਦੇ ਨਜ਼ਰ ਆ ਰਹੇ ਨੇ ਤੇ ਅੱਧੀ ਰਾਤ ਦੇ ਕਰੀਬ ਜਾਂ ਅੱਧੀ ਰਾਤ ਤੋਂ ਬਾਅਦ ਜੇ ਮੌਸਮ ਲੁਧਿਆਣਾ ਬਰਨਾਲਾ ਜਲੰਧਰ ਐਸ ਵੀ ਐਸ ਨਗਰ ਅਤੇ ਕੁਝ ਪੂਰਬੀ ਇਲਾਕੇ ਜਿਵੇਂ ਫਤਿਹਗੜ੍ਹ ਸਾਹਿਬ ਹੋ ਗਿਆ ਜਾਂ ਸੰਗਰੂਰ ਪਟਿਆਲਾ ਤਾਂ ਇਨ੍ਹਾਂ ਇਲਾਕਿਆਂ ਨੂੰ ਵੀ ਕਵਰ ਕਰਨ ਦੇ ਅਸਰ ਬਣ ਰਹੇ ਨੇ ਤੇ ਇਸ ਤੋਂ ਇਲਾਵਾ ਬਠਿੰਡਾ ਮਾਨਸਾ ਦੇ ਵੀ ਕਈ ਭਾਗਾਂ ਦੇ ਵਿੱਚ ਬੱਦਲਵਾਈ ਨਾਲ ਰਾਤ ਦੇ ਸਮੇਂ ਆਪਾਂ ਨੂੰ ਗਰਜ ਚਮਕ ਦੇਖਣ ਨੂੰ ਮਿਲ ਸਕਦੀ ਹੈ ਕੁਝ ਭਾਗਾਂ ਵਿੱਚ ਹਲਕਾ ਦਰਮਿਆਨਾ ਮੀਂਹ ਵੀ ਦੇਖਣ ਨੂੰ ਮਿਲੇਗਾ ਬੱਦਲਬਾਈ ਲਗਭਗ ਪੰਜਾਬ ਦੇ ਆਪਾਂ ਨੂੰ 70 ਤੋਂ ਲੈ ਕੇ 80 ਜਾਂ 85% ਇਲਾਕਿਆਂ ਵਿੱਚ ਦੇਖਣ ਨੂੰ ਮਿਲੂਗੇ ਤੇ ਮੀਂਹ ਦੇ ਜੋ ਹਾਲਾਤ ਹੋਣਗੇ ਉਹ 50 ਤੋਂ ਲੈ ਕੇ 70% ਇਲਾਕਿਆਂ ਵਿੱਚ ਹੋ ਸਕਦੇ ਨੇ ਜਿਦੇ ਵਿੱਚ ਮੀਂਹ ਕੁਝ ਭਾਗਾਂ ਵਿੱਚ ਹਲਕਾ ਤੇ ਕਈ ਭਾਗਾਂ ਵਿੱਚ ਦਰਮਿਆਨਾ ਜਾਂ ਉਸ ਤੋਂ ਜ਼ਿਆਦਾ ਵੀ ਰਹਿ ਸਕਦਾ ਹੈ ਤੇ ਇਸ ਤੋਂ ਬਾਅਦ ਜਿਹੜੀ ਕੱਲ ਦੀ ਨਵੀਂ ਰਿਪੋਰਟ ਮੌਸਮ ਦੀ ਅੱਗੇ ਉਹ ਕੱਲ ਦੀ ਵੀਡੀਓ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਸੋ ਉਦੋਂ ਤੱਕ ਲਈ ਧੰਨਵਾਦ ਜੀ